ਪਾਜੀ ਅੰਗੂਰੀ ਕੋਣ ਪਿੱਛੇ ਲੈ ਕੇ ਆ ਜਾਓ ਪਿੱਛੇ ਆ ਜਾਓ ਇਧਰ ਆ ਜਾਓ ਹਾਂ ਬਸ ਸਾਹਮਣੇ ਆ ਜਾਓ ਪਾਜੀ ਫੋਨ ਪਾਜੀ ਫੋਨ ਬਾਤ ਭਾਜੀ ਫੋਨ ਪਿੱਛੇ ਕਰਿਓ ਆਪਣਾ ਆਪਣਾ
جناب جی دا نام جپیا ونڈ کے شکیا دیکھ چلائی تے گواہی دیکھ کے انڈٹ کیتا تنا پیاریاں سچیاریاں دی پوتر کمائی دا دھیان تر کے خالصہ صاحب بولو جی شری جنہ سنگا سنگڑیاں نے گھر میں ہیک سی دتے بند بند کٹوائے کھوپڑیاں لوہائیاں چرکھڑیاں تے چڑھے کبل دیاں دیگاں وچ ٹوٹے کرواگلاں وچ ہار پوائے سوا سوا من دے پیسنے پیسے مکھوں سی نام چار یاد دا بھاڑا میٹھا کر کے منیا تنہا بیبیاں پچھنگیاں دی پوتر کمائی دا دھیان تر کے خالصہ صاحب بولو جی شری
ਪੰਜਾਂ ਤਖਤਾਂ ਸਰਬੱਤ ਗੁਰਦਾਰਾਂ ਦਾ ਧਿਆਨ ਕਰਕੇ ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਗੁਰੂ ਨਾਮ ਚਿੱਤੇ ਆਵੇ ਨਾਮ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇ ਫਤਿਹ ਬਿਰਧ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵੇਕ ਦਾਨ ਮਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਦਰਸ਼ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀਆਂ ਦੇ ਹਜ਼ੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦਰੀ ਪ੍ਰਾਰਥਨਾ ਚੇ ਪਾਸ਼ ਆਪ ਜੀਆਂ ਦਾ ਫਰਮਾਨ ਹੈ ਸੂਰਾ ਸੋ ਪਹਿਚਾਨੀ ਹੈ ਲਰੇ ਜੋ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਦੂ ਨਾ ਛਾਡੇ ਖੇਤ ਦੇ ਸ਼ਿਵਾ ਬਰ ਮੋਹ ਇਹ ਸ਼ੁਭ ਕਰਮਨ ਤੇ ਕਬੂ ਨਾ ਟਰੂੰ ਨਾ ਡਰੂੰ ਅਰ ਸੋ ਜਬ ਜਾਏ ਲਰੂੰ ਨਿਸ਼ਚੇ ਕਰ ਆਪਣੀ ਜੀਤ ਕਰੂੰ ਅਰ ਸੇ ਧੂਆਂ ਪੇਹੀ ਈਮਨ ਕੋ ਇਹ ਲਾਲ ਚਹੋਂ ਗੁਣ ਪਹੁੰਚਰੂੰ ਜਬ ਆਵ ਕੀ ਉਹ ਦਿਨ ਦਾਨ ਬਣੇ ਅਤ ਹੀ ਨਾਮੇ ਤਬ ਜੂਝ ਮਰੂੰ ਦੇ ਮਾਂ ਵਾਕਾਂ ਅਨੁਸਾਰ ਚੇ ਪਾਤਸ਼ਾਹ ਜੀਓ ਪੰਜ ਸਿੱਖ ਦੇ ਪੰਜ ਸਿੱਖ ਰਜਮਣ ਦੇ ਬਹਾਦਰ ਸੂਰਬੀਰ ਜੋਧੇ ਸਰਦਾਰ ਹਰਪਾਹੌਲਦਾਰ ਹਰਪਾਲ ਸਿੰਘ ਚੇ ਪਾਤਸ਼ਾਹ ਦੇਸ਼ ਕੌਮ ਦੀ ਸੇਵਾਵਾਂ ਕਰਦੇ ਹੋਏ ਚੇ ਪਾ ਰਾਖੀ ਕਰਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਚੇ ਪਾਤਸ਼ਾਹ ਜੀ ਉਹਨਾਂ ਦੀ ਪੰਚਭੂਤ ਦੇਹ ਨੂੰ ਚੇ ਪਾਤਸ਼ਾਹ ਅਗਨੀ ਭੇਟ ਕਰਨ ਵਾਸਤੇ ਚੇ ਪਾਤਸ਼ਾਹ ਤਿਆਰ ਕੀਤੀ ਗਈ ਜਨ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸ਼ਰਧਾਲੀਆਂ ਦਿੱਤੀਆਂ ਗਈਆਂ ਸਤਿਗੁਰੂ ਜੀ ਕਿਰਪਾ ਕਰਨੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀ ਚੇ ਪਾਤਸ਼ਾਹ ਜੀ ਉਹ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਆਉਣ ਵਾਲਾ ਸਮਾਂ ਸੇਵ ਪਰਿਵਾਰ ਖੁਸ਼ੀਆਂ ਭਰਿਆ ਲੈ ਆਪਣਾ ਚੇ ਪਾਤਸ਼ਾਹ ਜੀ ਉਹ ਕਿਰਪਾ ਕਰਨੀ ਉਹਨਾਂ ਦੇ ਗੁਣਾਂ ਉਹਨਾਂ ਦੇ ਆਪਣਾ ਨਾਂ ਚਿਤਾਰਦੇ ਹੋਇਆਂ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣਾ ਭਾਣਾ ਮੰਨਣ ਦਾ ਬਲ ਬਖਸ਼ਣਾ ਹਾਜ਼ਰੀਆਂ ਪ੍ਰਵਾਨ ਕੋ ਨਾਨਕ ਨਾਮ ਚੜ੍ਹਦੀ ਕਲਾ ਕੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਘਰ ਚਾਰ ਪੰਜ ਜਾਣੇ ਆਏ ਸੀਗੇ ਜੁੰਟ ਵੱਲੋਂ ਕਹਿੰਦੇ ਕਿ ਉਹਨਾਂ ਨੂੰ ਗੋਲੀ ਲੱਗੀ ਡਿਊਟੀ ਦੌਰਾਨ ਤੇ ਸ਼ਹੀਦ ਹੋ ਗਏ ਆ ਤੁਹਾਡੀ ਲਾਸਟਲੇ ਟਾਈਮ ਕੋਈ ਫੋਨ ਤੇ ਲਾਸਟ ਗੱਲ ਹੋਈ ਹੋਵੇ ਕੀ ਗੱਲਬਾਤ ਬਸ ਉਹਨਾਂ ਨੇ ਕਿਹਾ ਕੀ ਹਾਲ ਚਾਲ ਪੁੱਛਿਆ ਬੇਟੇ ਨਾਲ ਗੱਲਾਂ ਕੀਤੀਆਂ ਮੇਰੇ ਨਾਲ ਕੀਤੀਆਂ ਸਭ ਘਰ ਵਧੀਆ ਆ ਮੈਂ ਕਿਹਾ ਹਾਂਜੀ ਠੀਕ ਠਾਕ ਹੈ ਸਾਰਾ ਕੋਈ ਇਸ ਤਰ੍ਹਾਂ ਦਾ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਕਿਵੇਂ ਸ਼ਹੀਦ ਹੋਏ ਨੇ ਤੇ ਤੁਹਾਨੂੰ ਕੋਈ ਉਹਦੇ ਬਾਰੇ ਜਾਣਕਾਰੀ ਦਿੱਤੀ ਹੋਵੇ ਕਿੰਨਾ ਵੱਲੋਂ ਗੋਲੀ ਚਲਾਈ ਗਈ ਹੈ ਮੈਨੂੰ ਇਹੀ ਕਿਹਾ ਗਿਆ ਕਿ ਡਿਊਟੀ ਦੌਰਾਨ ਉਹਨਾਂ ਗੋਲੀ ਲੱਗ ਗਈ ਸ਼ਹੀਦ ਹੋ ਗਏ ਮੈਨੂੰ ਆਹੀ ਫੋਨ ਆਇਆ ਕਿਸ ਦਿਨ ਤੁਹਾਨੂੰ ਕੋਲ ਆਈ ਹੈ ਐਤਵਾਰ
ਸ਼ਾਮੀ 5 ਵਜੇ ਐਤਵਾਰੀ ਤੁਹਾਡੇ ਤੁਹਾਡੇ ਪਤੀ ਨਾਲ ਗੱਲ ਹੋਈ ਸੀ ਹਾਂਜੀ ਦੁਪਹਿਰੇ 12 ਵਜੇ ਤੇ ਕਿੰਨਾ ਸਮਾਂ ਪਹਿਲਾਂ ਛੁੱਟੀ ਕੱਟ ਕੇ ਗਏ ਸੀ ਇੱਕ ਮਹੀਨਾ ਪਹਿਲਾਂ ਫਰਵਰੀ 26 ਫਰਵਰੀ ਨੂੰ ਗਏ ਸੀਗੇ ਉਹ ਦੋ ਹੀ ਮਹੀਨੇ ਹੋ ਚੱਲੇ ਕਿਸ ਤਰ੍ਹਾਂ ਦੀ ਨੇਚਰ ਸੀ ਉਹਨਾਂ ਦੀ ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਬਹੁਤ ਵਧੀਆ ਨੇਚਰ ਦੇ ਸੀਗੇ ਸ਼ਾਇਦ ਉਹਨਾਂ ਵਰਗਾ ਕੋਈ ਵੀ ਨਹੀਂ ਹੋਣਾ ਵੀ ਕਿੰਨਾ ਸਮਾਂ ਹੋ ਗਿਆ ਸੀ ਉਹਨਾਂ ਨੂੰ ਆਰਮੀ ਦੇ ਵਿੱਚ ਉਹਨਾਂ ਨੂੰ ਹੋ ਗਏ 20 ਸਾਲ ਹੁਣ ਰਿਟਾਇਰ ਹੋ ਜਾਣਾ ਸੀ ਅਗਲੇ ਸਾਲ ਉਹਨਾਂ ਨੇ ਜੋ ਸ਼ਹੀਦ ਹੋਏ ਨੇ ਪੂਰਾ ਪਿੰਡ ਉੱਥੇ ਪਹੁੰਚਿਆ ਕੋਈ ਸਰਕਾਰੀ ਅਧਿਕਾਰੀ ਨੇ ਤੁਹਾਡੇ ਨਾਲ ਮੁਲਾਕਾਤ ਕੀਤੀ ਨਹੀਂ ਜੀ ਕੋਈ ਨੇ ਨਹੀਂ ਕੀਤੀ ਮੇਰੇ ਨਾਲ ਮੁਲਾਕਾਤ ਕੋਈ ਸਰਕਾਰੀ ਅਧਿਕਾਰੀ ਨਹੀਂ ਪਹੁੰਚੇ ਨਹੀਂ ਜਿੱਦਾਂ ਦੇ ਸ਼ਹੀਦ ਹੋਏ ਨੇ ਉਸ ਤੋਂ ਪਹਿਲਾਂ ਵੀ ਕੋਈ ਮੈਸੇਜ ਆਇਆ ਹੋਵੇ ਜਾਂ ਕੋਈ ਗੱਲਬਾਤ ਕੋਈ ਵੀ ਨਹੀਂ ਜੀ ਕੋਈ ਵੀ ਨਹੀਂ ਆਇਆ ਕਿ ਸਰਕਾਰੀ ਅਧਿਕਾਰੀ ਨਹੀਂ ਕਿਸੇ ਨੇ ਨਹੀਂ ਕੀਤੀ ਧੰਨਵਾਦ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।